ਸੁੰਦਰੀ ਕਾਂਡ ਪੰਜਵਾਂ ਉੱਪਰ ਲਿਖੇ ਸਮਾਚਾਰ ਨੂੰ ਕੁਝ ਦਿਨ ਬੀਤ ਗਏ ਹਨ ਟੀਡੀ ਜੂ ਵਿਖੇ ਫਿਰ ਜੰਗਲ ਵਿੱਚ ਮੰਗਲ ਹੋ ਰਿਹਾ ਹੈ ਬਨ ਦੇ ਬ੍ਰਿਸ਼ਾ ਹਿੱਟ ਧਰਮੀ ਬਹਾਦਰਾਂ ਦੀ ਗਹਿਮਾ ਗਹਿਮ ਹੋ ਰਹੀ ਹੈ ਕੋਈ ਪਾੜ ਕਰ ਰਿਹਾ ਹੈ ਕੋਈ ਕੱਪੜੇ ਪਹਿਨਦਾ ਹੈ ਕੋਈ ਲੰਗਰ ਵਾਸਤੇ ਲੱਕੜਾਂ ਢੂੰਡ ਰਿਹਾ ਹੈ ਕੋਈ ਫਲਾਂ ਦੀ ਭਾਲ ਵਿੱਚ ਹੈ ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿੱਚ ਨਿਚਿੰਤ ਮੋਜਾਂ ਲੁੱਟ ਰਹੇ ਹਨ ਇਹਨਾਂ ਨੂੰ ਇਹ ਗੱਲ ਚੇਤੇ ਵੀ ਨਹੀਂ ਕਿ ਸਾਡੇ ਮਾਪੇ ਕਿੱਥੇ ਹਨ ਤੇ ਘਰਬਾਰ ਕਿਹੜੇ ਪਾਸੇ ਹਨ ਇਹਨਾਂ ਦੇ ਰੋਮ ਰੋਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਅਰ ਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੋਇਆ ਹੈ ਇਸ ਕਰਕੇ ਅਜੇ ਹੀ ਡਰੋਣੇ ਬਣਾ ਵਿੱਚ ਵੀ ਨਿਰਪੈ ਸ਼ੇਰਾਂ ਵਾਂਗ ਗੱਜ ਰਹੇ ਹਨ ਰਾਤ ਦਾ ਵੇਲਾ ਹੈ ਸਾਰੀ ਸੰਗਤ ਪ੍ਰਸ਼ਾਦ ਸ਼ੱਕ ਕੇ ਸੋਣ ਦੇ ਆਹਰ ਪਾਹਰ ਵਿੱਚ ਹੈ ਇੱਕ ਚਾਦਰੇ ਉਪਰ ਸੂਰ ਬੀਰਾਂ ਦੇ ਸ਼੍ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ ਗੱਲਾਂ ਹੋ ਰਹੀਆਂ ਹਨ ਸ਼ਾਮ ਸਿੰਘ ਫਿਰ ਭਾਬੀ ਜੀ ਫਿਰ ਬੀਬੀ ਜੀ ਕੀ ਸੰਕਲਪ ਹੈ ਸੂਰਸਤੀ ਜਿਸ ਤਰ੍ਹਾਂ ਆਪ ਦੀ ਆਗਿਆ ਹੋਵੇ ਸ਼ਾਮ ਸਿੰਘ ਸਾਡੀ ਆਗਿਆ ਕੀ ਜਿਵੇਂ ਤੁਹਾਡੀ ਪ੍ਰਸੰਤਾ ਹੋਵੇ ਅਸੀਂ ਉਸੇ ਤਰ੍ਹਾਂ ਕਰ ਦੇਵੀਏ ਜੇ ਤੁਸੀਂ ਚਾਹੋ ਤਾਂ ਤੁਹਾਡੇ ਸੁਆਮੀ ਨੂੰ ਫੜ ਲਿਆਈਏ ਤੇ ਤੁਸੀਂ ਉਸ ਨਾਲ ਵੱਸੋ ਜੇ ਤੁਹਾਨੂੰ ਉੱਥੇ ਪੰਜਾਹ ਦੇਵੀਏ ਤਾਂ ਪਹੁੰਚ ਸਕੀਦਾ ਹੈ ਪਰ ਮੁਗਲਾਂ ਨੇ ਪਿੱਛਾ ਨਹੀਂ ਛੋੜਨਾ ਇਹ ਤਾਂ ਆਪੇ ਮੁੜ ਉਸ ਦੇ ਵਾਸਪੈ ਜਾਣਾ ਹੋਵੇਗਾ ਜੋ ਗੱਲ ਤੁਸੀਂ ਕੋ ਹੋ ਜਾਸੀ ਬਲਵੰਤ ਸਿੰਘ ਸਾਡਾ ਭਰਾ ਹੈ ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ ਇਹ ਪੂਰਾ ਸਿੰਘ ਹੈ ਤੇ ਵੱਡਾ ਯੋਧਾ ਹੈ ਤੁਸੀਂ ਇਸ ਦੀ ਭੈਣ ਹੋ ਸਭ ਖਾਲਸਾ ਆਪ ਨੂੰ ਭੈਣ ਵਤ ਸਮਝਦਾ ਹੈ ਸੁਰਸਤੀ ਮਹਾਰਾਜ ਭਰਾਤਾ ਜੀ ਗ੍ਰਸਤ ਮਾਰਗ ਤੋਂ ਮੇਰਾ ਚਿਤ ਉਪਰਾਮ ਹੈ ਮੇਰ ਅਰ ਭਰਤਾ ਜੀ ਮੈਨੂੰ ਆਪ ਤਿਆਗ ਗਏ ਹਨ ਮੇਰੀ ਰੱਖਿਆ ਕਰਨੀ ਉਹਨਾਂ ਦਾ ਧਰਮ ਸੀ ਜਿਸ ਵੱਲੋਂ ਉਹ ਕੰਨੀ ਘਤਰਾ ਗਏ ਹਨ ਮੈਂ ਹੁਣ ਮੁੜ ਉਸ ਧੰਦੇ ਵਿੱਚ ਪੈਣਾ ਨਹੀਂ ਚਾਹਦੀ ਜਿਸ ਤੋਂ ਮੈਨੂੰ ਗੁਰੂ ਜੀ ਨੇ ਰੱਖ ਲਿਆ ਹੈ ਮੇਰੀ ਵਾਸਨਾ ਇਹ ਹੈ ਕਿ ਮੇਰੀ ਉਮਰ ਆਖਾਲਸੇ ਜੀ ਦੀ ਸੇਵਾ ਵਿੱਚ ਸਫਲੀ ਹੋਵੇ ਜੇਕਰ ਆਪ ਆਗਿਆ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿੱਚ ਰਹਾ ਜਦ ਸੁਖ ਦੇ ਦਿਨ ਹੋਣ ਤਾਂ ਲੰਗਰ ਆਦਿਕ ਦੀ ਸੇਵਾ ਕਰਾਂ ਜਦ ਜੁਧ ਚੜੇ ਤਦ ਵੀ ਮੈਂ ਨਾਲ ਰਹਾ ਅਰਖਾਇਲ ਭਰਾਵਾਂ ਦੀ ਮਲਮ ਪੱਟੀ ਕੀਤਾਂ ਕਰਾਂ ਮੈਂ ਤੋ ਇਹ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀਰ ਧਰਮ ਪਿੱਛੇ ਜਾਨ ਤਲੀ ਪਰ ਧਰੀ ਫਿਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਣ ਨਾ ਕਰਾਂ ਇਹ দান ਕਰੋ ਕਿ ਤੁਸਾਂ ਜੀ ਦੀ ਕਿਰਪਾ ਨਾਲ ਬਾਣੀ ਪੜਾਂ ਨਾਮ ਜਪਾਂ ਤੇ ਸੇਵਾ ਕਰਾਂ ਜੇ ਮੇਰਾ ਜੀਵਨ ਧਰਮ ਦੇ ਅਰਪਣ ਹੋਵੇ ਤਦ ਮੇਰੇ ਵਰਗੀ ਭਾਗਾ ਵਾਲੀ ਕੋਣ ਹੈ ਸ਼ਾਮ ਸਿੰਘ ਵਰਗੇ ਸ਼ੇਰ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਅਰ ਸਿਰ ਤੋਂ ਪੈਰਾਂ ਤੀਕ ਥਰੜਾ ਗਿਆ ਪਰ ਫਿਰ ਸੋਚ ਕੇ ਬੋਲਿਆ ਸਾਡਾ ਜੀਵਨ ਬੜਾ ਖੁਰਦਰਾ ਹੈ ਮੁਸੀਬਤਾਂ ਦਾ ਸਾਹਮਣਾ ਰੰਦਾ ਹੈ ਖਾਸ ਕਰ ਅੱਜ ਕੱਲ ਤਾਂ ਤੁਸੀਂ ਆਪਣੇ ਇਲਾਕੇ ਵੀ ਨਹੀਂ ਜਾ ਸਕਦੇ ਤੁਸੀਂ ਦਲਾਂ ਦੇ ਦੁੱਖ ਵਿੱਚ ਕੀ ਕੁ ਨਿਭਸੋ ਸੁਰਸਤੀ ਨਿਭਾਉਣ ਵਾਲਾ ਸਤਿਗੁਰੂ ਹੈ ਮੈਂ ਸਾਰੇ ਦੁੱਖ ਝੱਲਾਂਗੀ ਅਰ ਜਨਮ ਸੇਵਾ ਵਿੱਚ ਸਫਲ ਕਰਾਂਗੀ ਸਰਦਾਰ ਫੇਰ ਕੁਝ ਸੋਚ ਕੇ ਬੋਲਿਆ ਤੂੰ ਇਸਤਰੀ ਨਹੀਂ ਦੇਵੀ ਹੈ ਧੰਨ ਤੇਰਾ ਜਨਮ ਹੈ ਜਿਸ ਨੂੰ ਧਰਮ ਨਾਲ ਐਡਾ ਪਿਆਰ ਹੈ ਬੀਬੀ ਭੈਣ ਤੇਰੀ ਭੌਣੀ ਕਰਤਾਰ ਪੂਰੀ ਕਰੇ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਤੂੰ ਜੀਕਰ ਚਾਹੇ ਪੰਥ ਦੀ ਸੇਵਾ ਕਰ ਆਪਣਾ ਜਨਮ ਸਫਲ ਕਰ ਲੈ ਮਰਦ ਬਣ ਜਾਏ ਤਾਂ ਨਿਭ ਸਕੇਂਗੀ ਬਲਵੰਤ ਸਿੰਘ ਭੈਣ ਸ਼ਾਬਾਸ਼ ਤੇਰੇ ਪਰ ਗਰੂ ਦੀਆਂ ਖੁਸ਼ੀਆਂ ਸੱਚ ਮੁੱਚ ਤੂੰ ਗੁਰੂ ਜੀ ਦੀ ਪੁੱਤਰੀ ਹੈ ਤੇਰਾ ਹੌਂਸਲਾ ਸ਼ੇਰਾਂ ਵਰਗਾ ਹੈ ਕਰਤਾਰ ਤੇਰੀ ਸਹਾਇਤਾ ਕਰੇ ਮਾਈ ਭਾਗੋ ਦਾ ਹੱਥ ਤੇਰੇ ਸਿਰ ਤੇ ਹੋਵੇ ਸੁਰਸਤੀ ਵੀਰ ਜੀ ਇਹ ਦੇਹੀ ਬਿਨ ਸੰਹਾਰ ਹੈ ਅਤ ਬਿ ਅੰਤ ਬਿਨ ਸਣੀ ਹੈ ਫਿਰ ਜੇ ਪੰਥ ਦੀ ਸੇਵਾ ਵਿੱਚ ਬਿਨ ਸੇ ਤਦ ਇਸ ਤੋਂ ਵੱਧ ਕੇ ਕੀ ਲਾਹਾ ਹੈ ਕਿਵੇਂ ਸਾਡੇ ਸਤਿਗੁਰੂ ਜੀ ਦੇ ਸਹਬਜ਼ਾਦਿਆਂ ਨੇ ਜਾਨਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਏ ਜਦ ਵੀਰ ਜੀ ਇਹੋ ਜੇ ਮਹਾਤਮਾ ਮਹਾਤਮਾ ਕੁਰਬਾਨ ਹੋ ਰਹੇ ਹਨ ਤਾਂ ਅਸੀਂ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਹਮ ਸਾਹ ਰੱਖੀਏ ਮਾਪਿਓ ਸਾਖਾਂ ਅੰਗਾਂ ਨੂੰ ਪ੍ਰਤੱਖ ਦੇਖ ਆਈ ਹਾਂ ਕਿ ਉਹਨਾਂ ਦੇ ਮੂੰਹ ਕੂੜੇ ਹਨ ਤੁਸੀਂ ਜੋ ਬਲ ਦੀ ਚਿਖਾ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕਸ਼ਟਾਂ ਵਿੱਚ ਪਾਈ ਆ ਤਾਂ ਤੁਸੀਂ ਸਾਧਾਰਨ ਭਰਾਵਾਂ ਵਾਂਗੂ ਨਹੀਂ ਕੀਤਾ ਤੁਹਾਡੇ ਹਿਰਦੇ ਵਿੱਚ ਧਰਮ ਸੀ ਤੁਹਾਡੇ ਮਨ ਵਿੱਚ ਗੁਰਾਂ ਦੀ ਪ੍ਰੀਤੀ ਸੀ ਤਾਂ ਤੁਹਾਡੇ ਅੰਦਰ ਅਨਕ ਸੀ ਇਸ ਕਰਕੇ ਤੁਸੀਂ ਮੇਰੇ ਤੇ ਐਡੀ ਦਇਆ ਕੀਤੀ ਹੁਣ ਜਦ ਮੈਂ ਸੋਚਦੀ ਹਾਂ ਕਿ ਧਰਮ ਅਜੇ ਹੀ ਪਵਿੱਤਰ ਵਸਤੂ ਹੈ ਕਿ ਇਸ ਨਾਲ ਜੋ ਕੰਮ ਹੁੰਦਾ ਹੈ ਸੋ ਦ੍ਰਿੜ ਤੇ ਸੱਚਾ ਅਰ ਅਟਲ ਹੁੰਦਾ ਹੈ ਤਾਂ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ ਤੁਹਾਡੇ ਮਨ ਵਿੱਚ ਇਹ ਸੰਸਾਹ ਹੋਊ ਕਿ ਤੀਵੀ ਜੀਕਰ ਸਰੀਰ ਕਰਕੇ ਨਿਰਬਲ ਹੁੰਦੀ ਹੈ ਓਕਰ ਹੀ ਮਨ ਕਰਕੇ ਵੀ ਨਿਰਬਲ ਹੈ ਪਰ ਇਸ ਸੰਸੇ ਨੂੰ ਵੀ ਨਿਵਰਤ ਰਹੋ निवर्त करो स्त्री ਦਾ ਮਨ ਮੋਮ ਵਰਗਾ ਨਰਮ ਤੇ ਪੱਥਰ ਵਰਗਾ ਕਰੜਾ ਹੁੰਦਾ ਹੈ। ਅਤੇ ਧਰਮ ਦੀ ਪਾਨ ਜਦ ਇਸਤਰੀ ਦੇ ਮਨpur ਚੜਦੀ ਹੈ ਤਦ ਉਹ ਐਸੀ ਦ੍ਰਿੜ ਹੁੰਦੀ ਹੈ ਕਿ ਉਸ ਨੂੰ ਕੋਈ ਹਿਲਾ ਨਹੀਂ ਸਕਦਾ। ਮੈਂ ਇਹ ਗੱਲ ਛੇਕੀ ਮਾਰ ਕੇ ਨਹੀਂ ਆਖਦੀ ਪਰ ਨਿਰਾ ਸਤਗੁਰੂ ਸਤਗੁਰਾਂ ਦੀ ਕਿਰਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ। ਏ ਸੌਣ ਕੇ ਸ਼ਾਮ ਸਿੰਘ ਤੇ ਬਲਵੰਤ ਸਿੰਘ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ ਹੁਣ ਅਵੇਰ ਦੇਰ ਹੋ ਗਈ ਸੀ ਸਾਰੇ ਪਾਠ ਕਰਕੇ ਸੌ ਗਏ ਸਵੇਰੇ ਪ੍ਰਾਤਕਾਲ ਸਿੰਘ ਉੱਠਦੇ ਹੁੰਦੇ ਸਨ ਤੇ ਰੁੱਤ ਪੀ ਬਸੰਤ ਦੀ ਸੀ ਉਸ ਜੰਗਲ ਦੇ ਵਿੱਚ ਈਸ਼ਵਰ ਦੇ ਨਾਮ ਦੀ ਮਹਿਮਾ ਨੇ ਉਸ ਰਸ ਬੱਦਾ ਕੇ ਬੈਕੁੰਟ ਪਾਸਨ ਲੱਗਾ ਸਵੇਰ ਹੁੰਦੇ ਹੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅਰ ਸੰਗਤ ਆ ਜੁੜੀ ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸੁਰਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬਤੀਤ ਕਰਨ ਦਾ ਹੈ ਅਰ ਘਰ ਬਾਹਰ ਸੁਲੈ ਜੰਗ ਹਰ ਥਾਂ ਭਰਾਵਾਂ ਦੀ ਸੇਵਾ ਕਰਨੀ ਚਾਹਦੀ ਹੈ ਇਸ ਕਰਕੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿੱਚ ਸਾਂਝੀ ਕਰਦੇ ਹਾਂ ਅਰ ਆਪਣੀ ਧਰਮ ਭੈਣ ਬਣਾਉਂਦੇ ਹਾਂ ਸਰਬੱਤ ਖਾਲਸਾ ਇਹਨਾਂ ਨੂੰ ਆਪਣੀ ਮਾਤਾ ਸਾਹਿਬ ਦੇਵਾ ਜੀ ਅਤੇ ਪਿਤਾ ਗੁਰਗੋਬਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਅਰ ਇਹਨਾਂ ਨਾਲ ਭੈਣਾ ਵਾਲਾ ਵਰਤਾਓ ਕਰੇ ਫਿਰ ਅੰਮ੍ਰਿਤ ਛਕਾਇਆ ਗਿਆ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਾਮ ਸੁੰਦਰਕੌਰ ਰੱਖਿਆ ਜੋ ਸੁੰਦਰੀ ਹੋ ਕੇ ਪ੍ਰਸਿੱਧ ਹੋਇਆ ਕਾਲ사 ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ ਅੱਜ ਉਹ ਦਿਨ ਹੈ ਕਿ ਆਪਣੀ ਇੱਕ ਭੈਣ ਨੂੰ ਸ਼ੇਰ ਦੀਆਂ ਨਹੁੰਦਰਾ ਵਿੱਚੋਂ ਕੱਢ ਕੇ ਲੈ ਆਏ ਹਨ ਤੇ ਉਹ ਅਜ ਧਰਮ ਦੀ ਜਗਵੇਦੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ ਜੋ ਹੁਣ ਦਲ ਵਿੱਚ ਰਹਿ ਕੇ ਸਾਰੀ ਆਯੂ ਸੇਵਾ ਕਰੇਗੀ ਤੇ ਵੀਰਾਂ ਦੇ ਦੁੱਖ ਵੰਡਾਏਗੀ ਸਾਰੀ ਫੌਜ ਵਿੱਚ ਕਿਹੜਾ ਪੁਰਖ ਸੀ ਜਿਸ ਦੇ ਸਿਰੋਂ ਇਸਤਰੀ ਦਾ ਕੋਮਲ ਪ੍ਰੇਮਈ ਤੇ ਦਇਆਵਾਨ ਛਾਇਆ ਨਹੀਂ ਉੱਡ ਚੁੱਕਾ ਸੀ ਕਿਹੜਾ ਸੀ ਜੋ ਮਾਤਾ ਭੈਣ ਜਾਂ ਵੋਟੀ ਦੇ ਪਵਿੱਤਰ ਸੰਬੰਧ ਤੋਂ ਧਰਮ ਦੀ ਖਾਤਰ ਇੱਕ ਤਰ੍ਹਾਂ ਵਿਛੜ ਨਹੀਂ ਚੁੱਕਾ ਸੀ ਅਰ ਮੁਦਤਾ ਤੋਂ ਫੌਜੀ ਜੀਵਨ ਬਤੀਤ ਨਹੀਂ ਕਰ ਰਿਹਾ ਸੀ ਆਹ ਪਿਆਰੇ ਪਾਠਕ ਉਸ ਪੰਥ ਹਿਤ ਕੁਰਬਾਨ ਹੋਣ ਵਾਲੇ ਜਥੇ ਵਿੱਚ ਇਸ ਧਰਮੀ ਕੰਨਿਆ ਦੀ ਕੁਰਬਾਨੀ ਨੇ ਉਪਵਿੱਤਰ ਅਸਰ ਪੈਦਾ ਕੀਤਾ ਕਿ ਉਹ ਸਭ ਨੇ ਉਸ ਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ ਕਿ ਜਿਨ੍ਹਾਂ ਨੂੰ ਸਮਝ ਕੇ ਉਸ ਵੇਲੇ ਠੀਕ ਆਂਦੀ ਸੀ ਜਿਸ ਵੇਲੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਮਨ ਸੁੱਤੇ ਹੀ ਕਰਤਾਰ ਵੱਲ ਖਿੱਚਿਆ ਜਾਂਦਾ ਹੈ हे सिख धर्म ਦੇ ਸੱਜਣੋ ਇਸ ਪਵਿੱਤਰ ਸਮੇਂ ਨੂੰ ਯਾਦ ਕਰਕੇ ਇੱਕ ਵੈਰੀ ਤਾਂ ਦੋ ਪਵਿੱਤਰ ਹੰਝੂ ਡੇਗ ਦਿਓ ਉਹ ਕਿਹਾਂ ਪਵਿੱਤਰ ਸਮਾ ਸੀ ਉਹ ਕਿਹੜਾ ਸਤਜੁਗ ਸੀ ਆਪਣੇ ਵਿੱਚ ਇੱਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫੌਜ ਨੇ ਹਾਂ ਹਾਂ ਪਵਿੱਤਰਤਾ ਦੀ ਦੇਵੀ ਤੇ ਸਗੀ ਭੈਣ ਵਾਲੀ ਭਾਵਨਾ ਨਾਲ ਵੇਖਿਆ ਸਭ ਨੇ ਭੈਣ ਸਗੀ ਭੈਣ ਜਾਣ ਕੇ ਸੀਸ ਨਮਾਇਆ ਤੇ ਖੁਸ਼ੀ ਮਨਾਈ ਇਹ ਪਵਿੱਤਰ ਤਾਂ ਸੀ ਜੋ ਸਤਿਗੁਰਾਂ ਨੇ ਸਿਖਾਈ ਸੀ ਕੋਮ ਤਦੋਂ ਗੁਰੂ ਪ੍ਰੇਮ ਨਾਲ ਆਪ ਆਪਾਂ ਵਾਰ ਕੁਰਬਾਨੀਆਂ ਕਰਦੀ ਸੀ ਗੁਰੂ ਪ੍ਰੇਮ ਨਾਲ ਪ੍ਰੋਈ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜਿਉਂਦੀ ਸੀ ਜਦ ਦੀਵਾਨ ਸਮਾਪਤ ਹੋਇਆ ਤਾਂ ਲੰਗਰ ਦੀ ਸੇਵਾ ਵਿੱਚ ਸੁੰਦਰੀ ਜੀ ਨੇ ਟਹਿਲਾ ਕੀਤੀ ਔਰ ਸਭ ਨੇ ਅਨੰਦ ਆਨੰਦ ਨਾਲ ਪ੍ਰਸ਼ਾਦ ਛਕਿਆ ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖਾਲਸਾ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ